ਇੱਥੇ ਕਮਰੇ ਵਿੱਚ ਜਿਹੜਾ ਮੈਂ ਸਮਾਨ ਆਪਣਾ ਪੈਕ ਕਰਕੇ ਰੱਖਿਆ, ਕੋਈ ਚਾਦਰਾਂ ਨੇ, ਕੋਈ ਰਜ਼ਾਈਆਂ ਦੇ ਛਾੜੇ ਛਾੜੇ ਨੇ, ਕੋਈ ਸਰਾਣਿਆਂ ਦੇ ਛਾੜੇ ਨੇ। ਇਹ ਜਨਾਬ ਉੱਪਰ ਵਾਲਿਆਂ ਦੀਆਂ ਅਤੇ ਥੱਲੇ ਵਾਲੀਆਂ ਕਮਰਿਆਂ ਦੀਆਂ ਬਾਲਕੋਨੀਆਂ ਨੇ। ਸੁਬਹਾ ਸੁਬਹਾ ਉੱਠ ਕੇ ਵਾਹ ਇਸ ਵਕਤ ਬਾਹਰ ਬਹਿੰਦੀ ਹੈ, ਗਰਮੀਆਂ 'ਚ ਅੱਗੋ ਸਮੁੰਦਰ ਦਾ ਮਾਹੌਲ ਇਸ ਵਕਤ ਨਜ਼ਰ ਆਉਂਦਾ, ਨਜ਼ਾਰਾ ਠੰਡੀਆਂ ਹਵਾਵਾਂ ਹੈ, ਚਸ ਆ ਜਾਂਦੀ ਹੈ। ਅਸਲਾਮ ਵਾਲੇਕੁਮ ਜੀ, ਅਰਸਲਾਨ ਦੀ ਵੀਡੀਓ ਵਿੱਚ ਫਿਰ ਵੈਲਕਮ ਹੈ ਤੁਹਾਡਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਮੈਂ ਮੀਕੋਨੋ ਜਜ਼ੀਰੇ ਵਿੱਚ ਆ ਗਏ ਹਾਂ, ਹੋਟਲ 'ਤੇ ਕੰਮ ਕਰਨਾ, ਗਰਮੀਆਂ ਦਾ ਸੀਜ਼ਨ ਹੈ ਅਤੇ ਹੋਟਲ 'ਤੇ ਅੱਜ ਤੋਂ ਕੰਮ ਸ਼ੁਰੂ ਕਰ ਲਿਆ। ਖੁੱਲ੍ਹਿਆ ਤਾਂ ਨਹੀਂ ਹੈ ਜੇ, ਲੇਕਿਨ ਸਿਰ ਪੱਧਰ ਕਰਨੀ ਹੈ ਅਤੇ ਉਸ ਤੋਂ ਪਹਿਲਾਂ ਆਹਿਸਤਾ ਆਹਿਸਤਾ ਕੰਮ ਸ਼ੁਰੂ ਕਰਨੇ ਆ। ਜਿਹੜਾ ਕਰਨੇ ਵਾਲਾ ਕੋਈ ਹੈ, ਚਾਦਰਾਂ ਸ਼ਾਦਰਾਂ ਨੇ ਜਿਹੜੀਆਂ ਤੋਲੀਆਂ ਛੋਲੀਆਂ ਨੇ ਗਿਣ ਕੇ ਰੱਖੇ ਨੇ, ਪੈਕ ਕਰਕੇ ਰੱਖੇ ਨੇ, ਉਹਨਾਂ ਵਾਲੀ ਕੋਈ ਨਜ਼ਰ ਮਾਰਨੇ ਕਿ ਸੂਰਤ ਹਾਲ ਹੈ ਉਹਨਾਂ ਦੀ। ਜਿਹੜੀਆਂ ਕੋਈ ਚੀਜ਼ਾਂ ਘੱਟ ਨੇ ਉਹ ਨਵੀਆਂ ਕੁ ਮੰਗਵਾਉਣੀਆਂ ਨੇ, ਚਾਦਰਾਂ ਤੋਲੀਏ, ਸਰਾਣਿਆਂ ਦੇ ਛਾੜੇ, ਲਾਂਡਰੀ ਦਾ ਕੰਮ ਕਰਨਾ ਮੈਂ ਇੱਥੇ ਹੋਟਲ 'ਤੇ, ਅਤੇ ਇਹ ਸਾਰਾ ਕੁਝ ਜਿਹੜਾ ਮੇਰੇ ਅੰਡਰ ਵਿੱਚ ਹੀ ਆਉਂਦਾ। ਲੇਕਿਨ ਤਕਰੀਬਨ 7 ਸਾਲ ਹੋ ਗਏ ਮੈਨੂੰ ਇਸ ਹੋਟਲ ਵਿੱਚ ਲੱਗੇ ਹਾਂ, ਅਤੇ ਲਾਂਡਰੀ ਤੋਂ ਇਲਾਵਾ ਜਿੰਨੇ ਵੀ ਛੋਟੇ ਮੋਟੇ ਕੰਮ ਹੈ ਉਹ ਸਾਰੇ ਮੈਂ ਹੀ ਕਰਨੇ ਨੇ ਜਾਂ ਕਰਵਾਉਣੇ ਨੇ। ਅਤੇ ਸਭ ਨਾਲ ਪਹਿਲੇ ਜਿਹੜਾ ਸ਼ੁਰੂ ਕਰਨੇ ਆ ਵੀ ਕਿਤਨੀਆਂ ਕੀ ਚਾਦਰਾਂ ਘੱਟ ਨੇ, ਕਿਤਨੀਆਂ ਕੀ ਤੋਲੀਆਂ ਘੱਟ ਨੇ, ਕਿ ਸੂਰਤ ਹਾਲ ਹੈ, ਕਿ ਪੋਜੀਸ਼ਨ ਹੈ ਉਹਨਾਂ ਦੀ, ਉਹ ਤੁਹਾਨੂੰ ਮੈਂ ਵਹਾਨਾ ਨਾਲ ਜਿੱਥੇ ਮੈਂ ਪੈਕ ਕਰਕੇ ਰੱਖੇ ਨੇ। ਨਾ ਕੋਈ ਥੋੜ੍ਹਾ ਜਿਹਾ ਸਮਾਨ ਮੰਗਵਾਇਆ ਕੋਈ ਮੋਟਰਸਾਈਕਲ ਵਾਸਤੇ, ਕੋਈ ਆਪਣੇ ਵਾਸਤੇ, ਅਤੇ ਇਹਦੀ ਵੀ ਅੱਜ ਅਨਬੋਕਸਿੰਗ ਕਰਾਂਗੇ, ਤੁਹਾਨੂੰ ਅਗਲੀ ਵੀਡੀਓ 'ਚ ਵਹਾਂ ਦਾ ਜੀ ਅਨਬੋਕਸਿੰਗ, ਅਤੇ ਫਿਰ ਵਹਾਂ ਦਾ ਵੀ ਮੈਂ ਕੇ ਮੰਗਵਾਏ ਆਪਣੇ ਵਾਸਤੇ। ਇੱਥੇ ਕਮਰੇ ਵਿੱਚ ਜਿਹੜਾ ਮੈਂ ਸਮਾਨ ਆਪਣਾ ਪੈਕ ਕਰਕੇ ਰੱਖਿਆ, ਕੋਈ ਚਾਦਰਾਂ ਨੇ, ਕੋਈ ਰਜ਼ਾਈਆਂ ਦੇ ਛਾੜੇ ਛਾੜੇ ਨੇ, ਕੋਈ ਸਰਾਣਿਆਂ ਦੇ ਛਾੜੇ ਨੇ, ਉਸ ਇਲਾਵਾ ਹੋਈ ਕੋਈ ਨਵਾਂ ਮਾਲ ਪਏ ਆ ਤੋਲੀਏ ਨੇ ਉਸ ਦੇ ਵਿੱਚ, ਉਸ ਤਰ੍ਹਾਂ ਦੇ ਉਸ ਤਰ੍ਹਾਂ ਜਿਹੜੇ ਡੱਬੇ ਬੰਦ ਜਿਹੜੇ ਨੇ ਉੱਥੇ ਰੱਖ ਛੜੇ ਵੀ ਜਿਸ ਵਕਤ ਜ਼ਰੂਰਤ ਪਵੇ ਦੀ ਖੋਲ੍ਹ ਲਾਉਂਦੇ, ਇੱਧਰ ਹੀ ਡੱਬੇ ਪਏ ਨੇ, ਉਸ ਤੋਂ ਇਲਾਵਾ ਤੋਲੀਏ ਪਏ ਨੇ ਥੋੜ੍ਹੇ ਜਿਹੇ ਪੈਕ ਕੀਤੇ ਨੇ, ਇੱਥੇ ਰੱਖੇ ਨੇ, ਇਹਨਾਂ ਤੋਂ ਇਲਾਵਾ ਜਿਹੜਾ ਹੋਰ ਉੱਧਰ ਦੂਸਰੇ ਕਮਰੇ ਵਿੱਚ ਵੀ ਰੱਖੇ ਨੇ। ਇੱਧਰ ਹੈ ਜਨਾਬ ਕੋਈ ਤੋਲੀਏ ਪੈਕ ਕਰਕੇ ਰੱਖੇ ਨੇ ਮੈਂ, ਇਹ ਜਿਹੜੇ ਤੋਲੀਏ ਬੀਚ ਤੋਂ ਇਸਤੇਮਾਲ ਹੁੰਦੇ ਨੇ, ਇਹ ਪੈਕ ਕੀਤੇ ਪਿਛਲੇ ਸਾਲ ਜਿਸ ਵਕਤ ਸੀਜ਼ਨ ਖਤਮ ਹੋਇਆ ਆ, ਅਤੇ ਇਹਨਾਂ ਨੂੰ ਪੈਕ ਕਰ ਛੜਿਆ, ਅਤੇ ਉਸ ਤੋਂ ਇਲਾਵਾ ਕੁਝ ਨਵੇਂ ਪਏ, ਅਤੇ ਉਹਨਾਂ ਨੂੰ ਉਂਝ ਤਾਂ ਉਂਝ ਹੀ ਰੱਖ ਛੜਿਆ ਆ ਵੀ ਅਗਲੇ ਸਾਲ ਜਿਸ ਵਕਤ ਹੋਟਲ ਖੋਲ੍ਹਾਂਗੇ, ਜਿਸ ਵਕਤ ਜ਼ਰੂਰਤ ਪਈ ਅਤੇ ਨਵੇਂ ਡੱਬੇ ਖੋਲ੍ਹ ਲਵਾਂ ਕਰਾਂਗੇ, ਅਤੇ ਇਹ ਜਿਹੜੇ ਨੇ ਪੈਕ ਕਰਕੇ ਰੱਖੇ ਮੈਂ ਇੱਧਰ। ਬਾਕੀ ਉਸ ਤੋਂ ਇਲਾਵਾ ਜਿਹੜਾ ਕੋਈ ਨਵੇਂ ਪਏ ਨੇ ਉਹ ਡੱਬਿਆਂ ਉਂਝ ਦੇ ਉਂਝ ਪਏ ਨੇ। ਚਾਦਰਾਂ ਦੀ, ਛਾੜਿਆਂ ਦੀ ਅਤੇ ਸਰਾਣਿਆਂ ਤੋਲੀਆਂ ਦੀ ਇੱਕ ਵਾਰੀ ਜਿਹੜਾ ਗਿਣਤੀ ਮਾਰਨੇ ਆ, ਜਿਹੜੀਆਂ ਛਾਵਾਂ ਘੱਟ ਨੇ ਦੁਬਾਰਾ ਇੱਥੇ ਲਿਖਣੇ ਆ, ਗਿਣਤੀ ਅੱਗੇ ਮਾਰ ਕੇ ਮੈਂ ਪੈਕ ਕੀਤੇ ਨੇ, ਗਿਣਤੀ ਲਿਖਣ ਹੋਈ ਹੈ ਮੇਰੇ ਕੋਲ ਵੀ ਕਿਤਨਾ ਕਿਤਨਾ ਮਾਲ ਆ ਪਿਆ, ਲੇਕਿਨ ਇੱਕ ਵਾਰ ਫਿਰ ਨਜ਼ਰ ਮਾਰ ਕੇ ਜਿਹੜੀ ਸ਼ੈ ਘੱਟ ਹੈ ਉਹਦਾ ਕੋਈ ਨਵਾਂ ਆਰਡਰ ਕਰਨੇ ਆ, ਅਤੇ ਹੁਣ ਇੱਥੇ ਪੇਪਰ ਉੱਤੇ ਜਿਹੜਾ ਕੋਈ ਨਵਾਂ ਲਿਖਣਾ ਵੀ ਕਿਹੜੀ ਕਿਹੜੀ ਸ਼ੈ ਚਾਹੀਦੀ ਹੈ, ਅਤੇ ਉਹ ਲਿਖ ਕੇ ਅਤੇ ਫਿਰ ਅੱਗੋਂ ਫੋਰਮੈਨ ਨੂੰ ਦਿਆਂ, ਅਤੇ ਫੋਰਮੈਨ ਫਿਰ ਅੱਗੋਂ ਨਵੀਆਂ ਛਾਵਾਂ ਮੰਗਵਾ ਲਏ ਦਾ। ਇਹਨਾਂ ਦੀ ਜਨਾਬ ਗਿਣਤੀ ਮਾਰ ਕੇ ਅਤੇ ਜਿਹੜਾ ਦਿਸੜੀ ਹੈ ਫੋਰਮੈਨ ਨੂੰ, ਅਤੇ ਤੁਹਾਨੂੰ ਥੋੜ੍ਹਾ ਜਿਹਾ ਹਲਕਾ ਜਿਹਾ ਮਾਮੂਲੀ ਜਿਹਾ ਜਿਹੜਾ ਬਾਹਰ ਦਾ ਥੋੜ੍ਹਾ ਜਿਹਾ ਨਜ਼ਾਰਾ ਕਰਾਉਣਾ ਵੀ ਕਿਸ ਸੂਰਤ ਹਾਲ ਹੈ। ਕਮਰੇ ਦੀ ਬਾਲਕੋਨੀ ਵਿੱਚੋਂ ਨਿਕਲੀਏ ਤਾਂ ਕਿ ਨਾਲ ਹੀ ਸਵੀਮਿੰਗ ਪੂਲ ਹੈ, ਉਹ ਪਰਲੀ ਸਾਈਡ 'ਤੇ ਰੈਸਟੋਰੈਂਟ ਹੈ, ਉਹ ਅਗਰ ਤੁਹਾਨੂੰ ਨਜ਼ਰ ਆਉਂਦਾ ਤਾਂ ਉਸ ਸਾਈਡ 'ਤੇ ਉਹ ਉੱਥੇ ਮੁੰਡੇ ਬੈਠੇ ਨੇ, ਲੱਗੇ ਨੇ ਕੰਮ ਕਰਨ, ਇਹ ਕੋਈ ਸਵੀਮਿੰਗ ਪੂਲ ਹੈ, ਇੱਥੇ ਸਵੀਮਿੰਗ ਪੂਲ ਵਾਲੇ ਬੈੱਡ ਲੱਗੇ ਹੁੰਦੇ ਨੇ, ਉੱਪਰ ਆ ਸਮੁੰਦਰ ਹੈ, ਸਮੁੰਦਰ ਦੇ ਨਾਲ ਜਿਹੜੀ ਬੀਚ ਹੈ ਉੱਥੇ ਲੱਗੇ ਆ ਬਲਡੋਜ਼ਰ ਵਾਲਾ, ਉਹ ਸਿੱਧ ਪੱਧਰ ਕਰਨ ਰੇਤ ਸਿੱਧੀ ਕਰਦਾ ਪਿਆ। ਇਹ ਜਨਾਬ ਜਿਹੜੀ ਹੋਟਲ ਦੇ ਅੱਗੇ ਬੀਚ ਹੈ ਉਸ ਏਰੀਆ, ਉਹ ਜਿੱਥੋਂ ਤੱਕ ਦਰਖਤ ਛੋਟੇ ਛੋਟੇ ਨਜ਼ਰ ਆਉਂਦੇ ਨੇ ਤੁਹਾਨੂੰ, ਇੱਥੋਂ ਤੱਕ ਸਾਡੇ ਹੋਟਲ ਦਾ ਏਰੀਆ, ਉਸ ਤੋਂ ਅੱਗੇ ਜਿਹੜਾ ਦੂਸਰੇ ਹੋਟਲ ਆਉਂਦਾ ਸ਼ੁਰੂ ਹੋ ਜਾਂਦਾ, ਅਤੇ ਹੈਗੇ ਬੀਚ ਹੈ, ਬੀਚ ਦੇ ਨਾਲ ਸਮੁੰਦਰ ਹੈ, ਇਹ ਜਿਹੜੇ ਕਾਨੇ 'ਚ ਲੱਗੇ ਨੇ ਇਹਨਾਂ ਦੇ ਵਿੱਚ ਜਿਹੜਾ ਸਪਾ ਵਾਲਾ ਸਿਸਟਮ ਰੱਖਿਆ ਹੈ, ਇਹ ਤਾਂ ਖੈਰ ਬੰਦ ਹੀ ਪਏ ਆ, ਉਸ ਤੋਂ ਇਲਾਵਾ ਜਿਹੜਾ ਇੱਧਰ ਪਿੱਛੇ ਵਾਸ਼ਰੂਮ ਬਣੇ ਨੇ ਨਹਾਉਣੇ ਵਾਸਤੇ। ਇਹ ਨਾਲ ਜਨਾਬ ਹੋਟਲ ਦਾ ਵਿਊ ਹੈ, ਇਹ ਜਨਾਬ ਉੱਪਰ ਵਾਲਿਆਂ ਦੀਆਂ ਅਤੇ ਥੱਲੇ ਵਾਲੀਆਂ ਕਮਰਿਆਂ ਦੀਆਂ ਬਾਲਕੋਨੀਆਂ ਨੇ, ਸੁਬਹਾ ਸੁਬਹਾ ਉੱਠ ਕੇ ਵਾਹ ਇਸ ਵਕਤ ਬਾਹਰ ਬਹਿੰਦੀ ਹੈ, ਗਰਮੀਆਂ 'ਚ ਅੱਗੋ ਸਮੁੰਦਰ ਦਾ ਮਾਹੌਲ ਇਸ ਵਕਤ ਨਜ਼ਰ ਆਉਂਦਾ, ਨਜ਼ਾਰਾ ਠੰਡੀਆਂ ਹਵਾਵਾਂ ਹੈ, ਚਸ ਆ ਜਾਂਦੀ ਹੈ, ਇਹ ਤਾਂ ਬਾਹਰ ਖਿਲਾਰ ਹੀ ਪਏ ਹੈ। ਇਹ ਉੱਪਰ ਕਮਰੇ ਨੇ ਬਾਲਕੋਨੀਆਂ 'ਚ ਨਿਕਲ ਕੇ ਬਾਹਰ ਇੱਥੇ ਬਹਿੰਦੇ ਨੇ ਸੁਬਹਾ ਸੁਬਹਾ ਉੱਠ ਕੇ, ਕਿਆ ਨਜ਼ਾਰੇ ਨੇ, ਮਜ਼ੇ ਆ ਜਾਂਦੇ। ਇਹ ਜਨਾਬ ਅੱਜ ਦੀ ਵੀਡੀਓ ਆਈ, ਅੱਜ ਦੀ ਵੀਡੀਓ ਇੱਥੇ ਕਰਨੇ ਖਤਮ, ਬਾਕੀ ਦੀ ਵੀਡੀਓ ਜਿਹੜੀਆਂ ਤੁਹਾਨੂੰ ਰੋਜ਼ ਦੇ ਰੋਜ਼ ਮੈਂ ਦੱਸਦਾ ਰਹਾਂਗਾ ਵੀ ਕੀ ਕੰਮ ਅਸੀਂ ਕਰਨੇ ਆ, ਕਿਸ ਤਰ੍ਹਾਂ ਕਰੀਦਾ, ਅਤੇ ਤੁਹਾਨੂੰ ਦੱਸਦਾ ਰਹਾਂ ਕਰਾਂਦਾ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਅਤੇ ਮਿਲਣੇ ਅਗਲੀ ਵੀਡੀਓ ਵਿੱਚ। ਆਪਣਾ ਖਿਆਲ ਰੱਖਿਓ, ਅੱਲਾ ਹਾਫਿਜ਼।